ਦੁਨੀਆ ਦੀਆਂ ਦੋ ਵੱਡੀਆਂ ਤਾਕਤਾਂ ਨੇ, ਇੱਕ ਚੀਨ ਤੇ ਇੱਕ ਅਮਰੀਕਾ। ਦੋਵਾਂ ਦੀ ਆਪਸ ਵਿੱਚ ਲੰਬੇ ਸਮੇਂ ਤੋਂ ਬਣਦੀ ਨਹੀਂ। ਚੀਨ ਦੁਨੀਆ ਦੀ ਨੰਬਰ ਇੱਕ ਤਾਕਤ ਬਣਨ ਦੀ ਕੋਸ਼ਿਸ਼ ਕਰ ਰਿਹਾ। ਅਮੈਰੀਕਾ ਚੀਨ ਦੇ ਉੱਤੇ ਸਿੱਧਾ ਸਿੱਧਾ ਦੋਸ਼ ਲਾ ਰਿਹਾ ਕਿ ਤੁਸੀਂ ਬਹੁਤ ਸਾਰੇ ਸਮਿਆਂ ਦੇ ਵਿੱਚ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ। ਇਸ ਮਾਮਲੇ ਦੇ ਵਿੱਚ ਜਿਹੜਾ ਇਸ ਵੇਲੇ ਲੇਟੈਸਟ ਰੀਸੈਂਟਲੀ ਜੋ ਕੁਛ ਵਾਪਰਿਆ ਆ, ਉਹਦੇ ਵਿੱਚ ਅਮੈਰੀਕਾ ਇਹ ਸੋਚ ਰਿਹਾ ਕਿ ਜਿਹੜੀ ਬੀਜਿੰਗ ਦੇ ਵਿੱਚ ਵਿੰਟਰ ਓਲੰਪਿਕਸ ਹੋ ਰਹੀਆਂ ਆ, ਉਹਦਾ ਬਾਈਕਾਟ ਕੀਤਾ ਜਾਵੇ। ਇਸ ਬਾਰੇ ਹਜੇ ਤੱਕ ਉਹਨਾਂ ਨੇ ਐਲਾਨ ਕੋਈ ਨਹੀਂ ਕੀਤਾ ਅਮਰੀਕਾ ਨੇ ਕਿ ਅਸੀਂ ਉਹਦਾ ਬਾਈਕਾਟ ਕਰ ਰਹੇ ਹਾਂ, ਪਰ ਇਹਦੇ ਬਾਰੇ ਚਰਚਾ ਜ਼ਰੂਰ ਚੱਲ ਰਹੀ ਆ ਕਿ ਅਮੈਰੀਕਾ ਇਹ ਸੋਚ ਰਿਹਾ ਕਿ ਉਹਦਾ ਬਾਈਕਾਟ ਕਰ ਦਿੱਤਾ ਜਾਵੇ। ਅਤੇ ਜਦੋਂ ਇਹ ਸੂਚਨਾ ਚੀਨ ਤੱਕ ਪਹੁੰਚਦੀ ਆ ਤਾਂ ਅੱਜ ਸੋਮਵਾਰ 6 ਦਸੰਬਰ ਨੂੰ ਉਹਨਾਂ ਨੇ ਉਲਟੀ ਧਮਕੀ ਅਮੈਰੀਕਾ ਨੂੰ ਦਿੱਤੀ ਆ ਕਿ ਜੇਕਰ ਉਹ ਇਸ ਤਰ੍ਹਾਂ ਕਰਦਾ ਆ, ਜੇਕਰ ਉਹ ਡਿਪਲੋਮੈਟਿਕ ਬਾਈਕਾਟ ਕਰਦਾ ਆ ਜਿਹੜੀ ਅਗਲੇ ਸਾਲ ਫਰਵਰੀ ਦੇ ਵਿੱਚ ਬੀਜਿੰਗ ਦੇ ਵਿੱਚ ਵਿੰਟਰ ਓਲੰਪਿਕ ਗੇਮਸ ਹੋਣੀਆਂ ਆ, ਤਾਂ ਇਹ ਮਾੜੀ ਗੱਲ ਹੋਊਗੀ ਅਤੇ ਇਹਨੂੰ ਜਿਹੜੇ ਇਹਦੇ ਕਾਊਂਟਰ ਮੈਜਰਸ ਨੇ ਉਹਦੇ ਲਈ ਤਿਆਰ ਰਹਿਣਾ ਚਾਹੀਦਾ, ਭਾਵ ਨਤੀਜਿਆਂ ਦੇ ਲਈ ਤਿਆਰ ਰਹਿਣਾ ਚਾਹੀਦਾ। ਹੁਣ ਉਹ ਨਤੀਜੇ ਕੀ ਨੇ, ਉਹ ਪ੍ਰਤੀਕਿਰਿਆ ਦੇ ਵਿੱਚ ਜੇ ਅਮਰੀਕਾ ਬਾਈਕਾਟ ਕਰ ਦਿੰਦਾ ਤਾਂ ਚੀਨ ਕੀ ਕਰੂਗਾ, ਇਹਦੇ ਬਾਰੇ ਚੀਨ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਉਹਨਾਂ ਦੀ ਫੋਰਨ ਮਿਨਿਸਟਰੀ ਦੇ ਸਪੋਕਸਮੈਨ ਨੇ ਜ਼ੋਹਾ ਲੇਜਾਨ, ਉਹਨਾਂ ਨੇ ਜਿਹੜੇ ਅਮੈਰੀਕਾ ਦੇ ਪੋਲੀਟੀਸ਼ੀਅਨਸ ਨੇ ਉਹਨਾਂ ਨੂੰ ਸਿੱਧਾ ਸਿੱਧਾ ਕਿਹਾ ਕਿ ਇਸ ਇਸ਼ੂ ਦੇ ਉੱਤੇ ਕਿ ਉਹਨਾਂ ਦੇ ਜਿਹੜੇ ਡਿਗਨਿਟਰੀਜ਼ ਨੇ ਉਹਨਾਂ ਨੂੰ ਈਵੈਂਟਸ ਦੇ ਉੱਤੇ ਨਾ ਭੇਜਣਾ ਇੱਕ ਮਾੜੀ ਗੱਲ ਆ। ਹਾਲਾਂਕਿ ਅਮੈਰੀਕਾ ਇਹ ਕਹਿ ਰਿਹਾ ਕਿ ਅਸੀਂ ਆਪਣੇ ਅਥਲੀਟ ਉੱਥੇ ਜ਼ਰੂਰ ਭੇਜਾਂਗੇ, ਪਰ ਅਸੀਂ ਬੀਜਿੰਗ ਦੀਆਂ ਇਹਨਾਂ ਓਲੰਪਿਕਸ ਦਾ ਬਾਈਕਾਟ ਕਰਾਂਗੇ। ਚੀਨ ਨੇ ਇਸ ਮਾਮਲੇ ਦੇ ਵਿੱਚ ਕਿਹਾ ਕਿ ਜਿਹੜੀ ਆਊਟਰਾਈਟ ਪੋਲੀਟੀਕਲ ਪ੍ਰੋਵੋਕੇਸ਼ਨ ਆ, ਇਹਦਾ ਜਿਹੜੀ ਇਹ ਇੱਕ ਇਸ ਤਰ੍ਹਾਂ ਦੀ ਗੱਲਬਾਤ ਹੋਊਗੀ, ਪਰ ਕੀ ਇਹਦਾ ਰਿਟੈਲੀਏਟ ਉਹਨੂੰ ਕਿਸ ਤਰ੍ਹਾਂ ਕਰਨਾ ਚੀਨ ਨੇ, ਇਹ ਨਹੀਂ ਉਹਨਾਂ ਨੇ ਜਾਣਕਾਰੀ ਦਿੱਤੀ। ਅਮੈਰੀਕਾ ਦੇ ਪ੍ਰਧਾਨ ਜਿਹੜੇ ਪ੍ਰੈਜ਼ੀਡੈਂਟ ਨੇ, ਰਾਸ਼ਟਰਪਤੀ ਨੇ ਜੋ ਬਾਈਡਨ, ਉਹਨਾਂ ਨੇ ਕਿਹਾ ਸੀ ਕਿ ਅਸੀਂ ਕੰਸਿਡਰ ਕਰ ਰਹੇ ਹਾਂ ਇਹ ਬਾਈਕਾਟ, ਭਾਵੇਂ ਕਿ ਉੱਥੇ ਅਮੈਰੀਕਨ ਅਥਲੀਟ ਜਿਹੜੇ ਆ ਉਹ ਸਟਿਲ ਕੰਪੀਟ ਕਰਨਗੇ, ਪਰ ਹੋ ਸਕਦਾ ਅੱਜ ਜਾਂ ਕੱਲ੍ਹ ਦੇ ਵਿੱਚ ਇਹ ਅਮੈਰੀਕਾ ਅਨਾਊਂਸਮੈਂਟ ਕਰ ਦੇਵੇ ਕਿ ਅਸੀਂ ਇਹਦਾ ਬਾਈਕਾਟ ਕਰ ਰਹੇ ਹਾਂ। ਮਾਮਲਾ ਕੀ ਆ, ਬਾਈਕਾਟ ਕਿਉਂ ਕੀਤਾ ਜਾ ਰਿਹਾ? ਉਹ ਇਹ ਕਹਿ ਰਹੇ ਆ ਕਿ ਚੀਨ ਦਾ ਮਨੁੱਖੀ ਅਧਿਕਾਰਾਂ ਦੇ ਮਾਮਲੇ ਦੇ ਵਿੱਚ ਇਹਨਾਂ ਦਾ ਰੈਕਰਡ ਬਹੁਤ ਮਾੜਾ ਆ, ਅਤੇ ਇਹ ਉਹਨੂੰ ਕਿਸੇ ਤਰ੍ਹਾਂ ਠੀਕ ਠਾਕ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਇਸ ਤਰ੍ਹਾਂ ਦੀਆਂ ਖੇਡਾਂ ਕਰਾ ਕੇ ਚੰਗੇ ਬਣਨ ਦੀ, ਦੁਨੀਆ ਦੇ ਸਾਹਮਣੇ ਚੀਨ ਚੰਗਾ ਬਣਨ ਦੀ ਕੋਸ਼ਿਸ਼ ਕਰਦਾ, ਜਿਹੜਾ ਕਿ ਉਹ ਹੈ ਨਹੀਂ। ਅਤੇ ਭਾਵੇਂ ਉੱਥੇ ਜਿਹੜੇ ਮਨੁੱਖੀ ਅਧਿਕਾਰ ਸੀ, ਜਿਹੜੇ ਸਿਵਲ ਰਾਈਟ ਐਕਟੀਵਿਸਟ ਨੇ, ਉੱਥੇ ਪੋਲੀਟੀਕਲ ਜਿਹੜੇ ਵਿਰੋਧੀ ਨੇ ਜਾਂ ਉੱਥੋਂ ਦੀਆਂ ਐਥਨਿਕ ਮਾਈਨੋਰਿਟੀਜ਼ ਨੇ, ਉਹਨਾਂ ਦੇ ਉੱਤੇ ਚੀਨ ਜ਼ੁਲਮ ਕਰ ਰਿਹਾ, ਉਹਨਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਿਹਾ, ਇਹ ਗੱਲ ਅਮੈਰੀਕਾ ਕਹਿ ਰਹੀ ਆ। ਅਤੇ ਉੱਥੇ ਹੋਣ ਵਾਲੀਆਂ ਇਹਨਾਂ ਖੇਡਾਂ ਦਾ ਬਾਈਕਾਟ ਕਰਕੇ ਅਮੈਰੀਕਾ ਦੁਨੀਆ ਨੂੰ ਇਹ ਸੁਨੇਹਾ ਦੇਣਾ ਚਾਹੁੰਦੀ ਆ ਕਿ ਭਾਵੇਂ ਚੀਨ ਇਸ ਵੇਲੇ ਖੇਡਾਂ ਕਰਾ ਰਿਹਾ, ਭਾਵੇਂ ਚੀਨ ਬਹੁਤ ਚੰਗਾ ਦੁਨੀਆ ਦੀ ਨਜ਼ਰਾਂ ਦੇ ਵਿੱਚ ਬਣਨ ਦੀ ਕੋਸ਼ਿਸ਼ ਕਰ ਰਿਹਾ, ਪਰ ਅਸਲ ਦੇ ਵਿੱਚ ਇਹ ਚੰਗਾ ਨਹੀਂ ਆ। ਹੁਣ ਅੱਜ ਜਾਂ ਕੱਲ੍ਹ ਦੇ ਵਿੱਚ ਜੇ ਅਮੈਰੀਕਾ ਵੱਲੋਂ ਅਨਾਊਂਸਮੈਂਟ ਆ ਜਾਂਦੀ ਆ ਤਾਂ ਦੋਵਾਂ ਦੇਸ਼ਾਂ ਦੇ ਵਿੱਚ ਜਿਹੜੀ ਟੈਨਸ਼ਨ ਆ ਇਹ ਹੋਰ ਜ਼ਿਆਦਾ ਵੱਧ ਸਕਦੀ ਆ, ਇਹਨੂੰ ਕਿਉਂਕਿ ਉਹਨਾਂ ਦੇ ਬਾਈਕਾਟ ਦੇ ਐਲਾਨ ਤੋਂ ਪਹਿਲਾਂ ਹੀ ਚੀਨ ਦੇ ਅਧਿਕਾਰੀਆਂ ਨੇ ਇਸ ਚੀਜ਼ ਦੇ ਬਾਰੇ ਆਪਣੇ ਵਿਚਾਰ ਦੇਣੇ ਸ਼ੁਰੂ ਕਰ ਦਿੱਤੇ ਆ ਕਿ ਬਹੁਤ ਮਾੜੀ ਗੱਲ ਹੋਊਗੀ। ਪਰ ਅਮੈਰੀਕਾ ਦੇ ਵਿੱਚ ਇੱਕ ਲੰਬਾ ਇਤਿਹਾਸ ਰਿਹਾ ਕਿ ਇਹਨਾਂ ਦੇ ਹਾਈ ਲੈਵਲ ਡੈਲੀਗੇਸ਼ਨ ਹਰ ਓਲੰਪਿਕ ਖੇਡਾਂ ਦੇ ਉੱਤੇ ਜਾਂਦੇ ਆ, ਇਹ ਕਰਵਾਇਤ ਆ ਅਮੈਰੀਕਾ ਦੀ, ਜਿਹੜੀਆਂ ਦੂਜੀਆਂ ਨੇਸ਼ਨਸ ਨੇ, ਲੀਡਿੰਗ ਨੇਸ਼ਨਸ ਨੇ, ਉਹਨਾਂ ਦੇ ਲੋਕ ਵੀ ਜਾਂਦੇ ਆ। ਜਿਹੜੇ ਉਸ ਵੇਲੇ ਦੇ ਰਾਸ਼ਟਰਪਤੀ ਸੀਗੇ ਜਾਰਜ ਡਬਲਿਊ ਬੁਸ਼, ਉਹਨਾਂ ਨੇ 2008 ਦੇ ਵਿੱਚ ਬੀਜਿੰਗ ਓਲੰਪਿਕ ਸਮਰ ਗੇਮਸ ਦੇ ਵਿੱਚ ਉੱਥੇ ਗਏ ਸੀ, ਉਹਨੂੰ ਅਟੈਂਡ ਕੀਤਾ ਸੀ। ਫਸਟ ਲੇਡੀ ਜਿਲ ਬਾਈਡਨ, ਇਹਨਾਂ ਨੇ ਵੀ ਜਿਹੜੀਆਂ ਸਮਰ ਓਲੰਪਿਕਸ ਟੋਕੀਓ ਦੇ ਵਿੱਚ ਹੋਈਆਂ ਇਸੇ ਸਾਲ ਦੇ ਵਿੱਚ, ਇਹ ਵੀ ਉੱਥੇ ਗਏ ਸੀ। ਜਿਹੜੇ ਸੈਕਿੰਡ ਜੈਂਟਲਮੈਨ ਨੇ ਡਗ ਐਮਫ, ਉਹ ਵੀ ਉੱਥੇ ਡੈਲੀਗੇਸ਼ਨ ਦੇ ਵਜੋਂ ਪੈਰਾਲੰਪਿਕ ਗੇਮਸ ਦੇ ਵਿੱਚ ਗਏ ਸੀ। ਹੁਣ ਇਸ ਅਮੈਰੀਕਾ ਵੱਲੋਂ ਡਿਪਲੋਮੈਟਿਕ ਬਾਈਕਾਟ ਦੀ ਗੱਲ ਕੀਤੀ ਜਾਣੀ, ਇਹਦਾ ਕਿਤੇ ਨਾ ਕਿਤੇ ਦੋਵਾਂ ਦੇਸ਼ਾਂ ਦੇ ਰਿਸ਼ਤੇ ਦੇ ਵਿੱਚ ਅਸਰ ਪੈ ਸਕਦਾ, ਅਤੇ ਜਦੋਂ ਅਮੈਰੀਕਾ ਚੀਨ ਦੇ ਆਪਸੀ ਰਿਸ਼ਤੇ ਦੇ ਵਿੱਚ ਅਸਰ ਪੈਂਦਾ ਤਾਂ ਇਹਦਾ ਅਸਰ ਪੂਰੀ ਦੁਨੀਆ ਦੇ ਉੱਤੇ ਬੜਾ ਸਿੱਧਾ ਸਿੱਧਾ ਹੁੰਦਾ। ਅਮੈਰੀਕਾ ਦੇ ਇਸ਼ੂਜ਼ ਕੀ ਆ ਕਿ ਜੋ ਕੁਛ ਤਾਈਵਾਨ ਦੇ ਵਿੱਚ ਚੀਨ ਕਰ ਰਿਹਾ, ਹਿਊਮਨ ਰਾਈਟਸ ਦੇ ਉੱਤੇ ਜੋ ਕੁਛ ਕਰ ਰਿਹਾ, ਹਾਂਗਕਾਂਗ ਦੇ ਉੱਤੇ, ਸਾਊਥ ਚਾਈਨਾ ਸੀ ਦੇ ਵਿੱਚ, ਉਹਦੇ ਉੱਤੇ ਉਹਨਾਂ ਦੇ ਜਿਹੜਾ ਬਹੁਤ ਵੱਡਾ ਇੱਕ ਇਤਰਾਜ਼ ਆ, ਅਤੇ ਇਸ ਕਰਕੇ ਉੱਥੇ ਉਹ ਜਾਣਾ ਨਹੀਂ ਚਾਹੁੰਦੇ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਸਲਾ ਕਿੱਧਰ ਨੂੰ ਜਾਂਦਾ,
ਚੀਨ ਦੇ ਉੱਤੇ ਇਹਦਾ ਕੀ ਅਸਰ ਪੈਂਦਾ, ਅਮੈਰੀਕਾ ਦੇ ਉੱਤੇ ਇਹਦਾ ਕੀ ਅਸਰ ਪੈਂਦਾ, ਅਤੇ ਇਹਨਾਂ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਦੋ ਤਾਕਤਾਂ ਦੇ ਆਪਸੀ ਰਿਸ਼ਤੇ ਦਾ ਦੁਨੀਆਂ ਦੇ ਉੱਤੇ ਕੀ ਅਸਰ ਪੈਂਦਾ, ਇਹ ਵੀ ਇੱਕ ਦੇਖਣ ਵਾਲੀ ਗੱਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।